ਲੋਕ ਸਭਾ ਚੋਣਾਂ ਦਾ ਬਿਗਲ ਪੂਰੇ ਦੇਸ਼ 'ਚ ਵੱਜਿਆ ਹੋਇਆ ਅਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਘਮਸਾਨ ਮੱਚਿਆ ਹੋਇਆ। ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਐਲਾਨ ਕਰ ਰਹੀਆਂ ਨੇ, ਪਰ ਕੁਝ ਲੀਡਰ ਇਹੋ ਜਿਹੇ ਵੀ ਨੇ ਜਿਹੜੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੋ ਰਹੇ ਨੇ। ਇਹ ਸਭ ਦੇ ਚੱਲਦੇ ਇਸ ਵੇਲੇ ਅਕਾਲੀ ਦਲ ਨੂੰ ਝਟਕੇ ਅਤੇ ਝਟਕਾ ਲੱਗਣ ਦੀ ਤਿਆਰੀ ਚੱਲ ਰਹੀ ਹੈ ਅਤੇ ਇਸ ਵੇਲੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵੇਲੇ ਅਕਾਲੀ ਦਲ ਨੂੰ ਖਤਰੇ ਦੀ ਘੰਟੀ ਸੁਣਾਈ ਦੇ ਰਹੀ ਹੈ। ਅਤੇ ਜੇ ਇੱਥੇ ਸਭ ਤੋਂ ਪਹਿਲਾਂ ਸੋਚਦੇ ਹਾਂ ਤਾਂ ਜਲੰਧਰ ਦੀ ਜਿਹੜੀ ਸੀਟ ਤੋਂ ਅਕਾਲੀ ਦਲ ਜਿਸ ਨੂੰ ਆਪਣਾ ਮਜ਼ਬੂਤ ਉਮੀਦਵਾਰ ਮੰਨ ਰਹੀ ਸੀ ਅਤੇ ਉਸ ਦੇ ਵੱਲੋਂ ਬੀਤੇ ਕੱਲ੍ਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ। ਅਤੇ ਹੁਣ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਅਕਾਲੀ ਦਲ ਜਿਹੜਾ ਅਕਾਲੀ ਦਲ ਹੈ ਉਹਦੇ ਲਈ ਇੱਕ ਵੱਡਾ ਝਟਕਾ ਬਣ ਗਿਆ। ਅਤੇ ਟੀਨੂ ਤੋਂ ਇਲਾਵਾ ਕਈ ਹੋਰ ਵੱਡੇ ਨੇਤਾ ਨੇ ਜਿਹੜੇ ਅਕਾਲੀ ਦਲ ਨੂੰ ਇਸ ਵੇਲੇ ਅਲਵਿਦਾ ਆਖ ਸਕਦੇ ਨੇ, ਉਹਨਾਂ ਦੀਆਂ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਨੇ। ਤਾਂ ਇਹਨਾਂ ਦੇ ਵਿੱਚ ਬਠਿੰਡਾ ਤੋਂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ, ਅਤੇ ਜਿਨ੍ਹਾਂ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੀ ਨੂੰਹ ਹੈ IAS ਪਰਮਪਾਲ ਕੌਰ, ਉਹਨਾਂ ਨੇ ਹਾਲ ਹੀ ਦੇ ਵਿੱਚ NDA ਦਾ ਪੱਲਾ ਫੜ ਲਿਆ ਹੈ ਅਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ। ਤਾਂ ਬੇਸ਼ੱਕ ਉਹਨਾਂ ਨੂੰ ਟਿਕਟ ਮਿਲੇ ਜਾਂ ਨਾ ਮਿਲੇ, ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਾਉਣਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਭਾਜਪਾ ਦਾ ਪੱਲਾ ਫੜਿਆ ਹੈ। ਤਾਂ ਇਹ ਸਭ ਦੇ ਚੱਲਦੇ ਜੇ ਹੁਣ ਦੇਖਿਆ ਜਾਵੇ ਤਾਂ ਬਠਿੰਡਾ ਤੋਂ ਜੇਕਰ ਉਹਨਾਂ ਦੇ ਸਵਰ ਸਾਹਿਬ ਸਿਕੰਦਰ ਸਿੰਘ ਮਲੂਕਾ ਜੋ ਕਿ ਪੁਰਾਣੇ ਅਕਾਲੀ ਨੇ, ਅਤੇ ਜਦਕਿ ਉਹਨਾਂ ਦੇ ਇੱਕ ਬਿਆਨ ਸਾਹਮਣੇ ਇਹ ਵੀ ਆਏ ਸੀ ਕਿ ਉਹ ਕਹਿੰਦੇ ਨੇ ਕਿ ਉਹ ਅਕਾਲੀ ਨੇ ਅਤੇ ਅਕਾਲੀ ਹੀ ਰਹਿਣਗੇ, ਪਰ ਯਾਤਰਾਈਆਂ ਇਹ ਵੀ ਨੇ ਕਿ ਸਿਕੰਦਰ ਸਿੰਘ ਮਲੂਕਾ ਭਾਜਪਾ 'ਚ ਸ਼ਾਮਿਲ ਹੋ ਸਕਦੇ ਨੇ। ਜੇਕਰ ਇਹ ਹੁੰਦਾ ਤਾਂ ਬਠਿੰਡਾ ਤੋਂ ਅਕਾਲੀ ਦਲ ਦੀ ਸੀਟ ਔਖੀ ਹੋ ਜਾਏਗੀ। ਤਾਂ ਦੂਜੇ ਪਾਸੇ ਸੰਗਰੂਰ ਦੀ ਜੇ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਸੰਯੁਕਤ ਦਾ ਜਿਹੜਾ ਰਲੇਵ ਹੈ ਉਹ ਮੁੜ ਅਕਾਲੀ ਦਲ ਦੇ ਵਿੱਚ ਹੋਇਆ ਅਤੇ ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਜੋ ਕਿ ਪਹਿਲਾਂ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਉਹ ਵੀ ਮੰਤਰੀ ਰਹਿ ਚੁੱਕੇ ਨੇ। ਤਾਂ ਇਹ ਸਭ ਦੇ ਚੱਲਦੇ ਹੁਣ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਪੱਲਾ ਛੱਡਿਆ ਜਾ ਸਕਦਾ, ਇਹਦੀਆਂ ਵੀ ਕਿਆਸਰਾਈਆਂ ਨੇ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰਲੇਵਾਂ ਹੋ ਚੁੱਕਿਆ ਅਤੇ ਆਪਸ ਦੇ ਵਿੱਚ ਉਹਨਾਂ ਨੂੰ, ਜਦਕਿ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦਾ ਹੁਣ ਸਰਪ੍ਰਸਤ ਵੀ ਬਣਾਇਆ ਗਿਆ। ਤਾਂ ਇਹ ਸਭ ਦੇ ਚੱਲਦੇ ਪਰ ਇੱਕ ਇਹੋ ਜਿਹਾ ਭਾਣਾ ਵਰਤ ਜਾਂਦਾ ਜਿਹਦੇ ਵਿੱਚ ਹੁਣ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਜਾਂ ਕਹਿ ਲਈਏ ਕਿ ਢੀਂਡਸਾ ਪਰਿਵਾਰ ਫਿਰ ਦੁਬਾਰਾ ਮੁੜ ਕਿਤੇ ਨਾ ਕਿਤੇ ਪਾਰਟੀ ਦਾ ਪੱਲਾ ਫੜ ਸਕਦਾ। ਤਾਂ ਇਹਦੇ ਵਿੱਚ ਸੰਗਰੂਰ ਦੇ ਵਿੱਚ ਵੀ ਇਹ ਹਾਲਾਤ ਕੁਝ ਵਾਪਰ ਜਾਂਦੇ ਨੇ। ਜੇ ਮਲੂਕਾ ਅਤੇ ਢੀਂਡਸਾ ਪਰਿਵਾਰ ਅਕਾਲੀ ਦਲ ਤੋਂ ਵੱਖ ਹੋ ਜਾਂਦੇ ਨੇ ਤਾਂ ਇਹ ਅਕਾਲੀ ਦਲ ਲਈ ਜਲੰਧਰ, ਸੰਗਰੂਰ ਅਤੇ ਬਠਿੰਡਾ ਲੋਕ ਸਭਾ ਸੀਟਾਂ ਲਈ ਹੁਣ ਵੱਡਾ ਝਟਕਾ ਹੋਏਗਾ, ਕਿਉਂਕਿ ਸੰਗਰੂਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਨੂੰ ਉਮੀਦਵਾਰ ਨਹੀਂ ਐਲਾਨਿਆ ਗਿਆ, ਉੱਥੋਂ ਦੀ ਚੁੰਡਾ ਨੂੰ ਉੱਥੇ ਉਮੀਦਵਾਰ ਐਲਾਨ ਦਿੱਤਾ ਗਿਆ ਸੰਗਰੂਰ ਤੋਂ। ਤਾਂ ਇਸ ਕਰਕੇ ਉਹਨਾਂ ਦੀ ਟਿਕਟ ਕਿਤੇ ਨਾ ਕਿਤੇ ਕਰਦੀ ਨਜ਼ਰ ਆ ਰਹੀ ਹੈ, ਜਦਕਿ ਪਰਮਿੰਦਰ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਟਿਕਟ ਦੇ ਲਈ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸੀ। ਤਾਂ ਜੇਕਰ ਇਹ ਵੀ ਹੱਲ ਹੁੰਦਾ ਤਾਂ ਫਿਰ ਅਕਾਲੀ ਦਲ ਲਈ ਖਤਰੇ ਦੀ ਘਾਟੀ ਬਣ ਜਾਊਗਾ। ਅਤੇ ਪਵਨ ਕੁਮਾਰ ਟੀਨੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਪਹਿਲਾਂ ਹੀ ਲਗਾਈਆਂ ਜਾ ਰਹੀਆਂ ਸੀ, ਪਰ ਜਿਵੇਂ ਹੀ ਸ਼ਨੀਵਾਰ ਨੂੰ ਅਕਾਲੀ ਦਲ ਦੇ ਵੱਲੋਂ ਸੂਚੀ ਜਾਰੀ ਕਰਕੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤਾਂ ਜਦ ਉਹਨਾਂ ਨੇ ਆਪਣਾ ਨਾਮ ਸੂਚੀ 'ਚ ਟੀਨੂ ਨੇ ਨਹੀਂ ਵੇਖਿਆ ਤਾਂ ਟੀਨੂ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ, ਜਿਸ ਦੇ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ। ਜੇ ਹੁਣ ਦੂਜੇ ਪਾਸੇ ਜਲੰਧਰ ਸ਼ਹਿਰ ਦੀ ਗੱਲ ਕਰਦੇ ਹਾਂ ਤਾਂ ਲੰਬੇ ਸਮੇਂ ਤੋਂ ਅਕਾਲੀ ਦਲ ਜਲੰਧਰ ਦੇ ਵਿੱਚ ਕਮਜ਼ੋਰ ਹੈ, ਸ਼ਹਿਰ ਦੇ ਵਿੱਚ ਪੇਂਡੂ ਖੇਤਰ ਵਿੱਚ ਪਕੜ ਜ਼ਰੂਰ ਹੈ, ਪਰ ਇਸਦਾ ਜਿਹੜਾ ਵੱਡਾ ਕਾਰਨ ਹੈ ਉਹ ਹੈ ਕਿ ਭਾਜਪਾ ਨਾਲ ਗੱਠਜੋੜ ਹੋਣ ਤੋਂ ਬਾਅਦ ਭਾਜਪਾ ਵੱਲੋਂ ਸ਼ਹਿਰ ਦੀਆਂ 3 ਸੀਟਾਂ ਉੱਤੇ ਚੋਣ ਲੜੀ ਜਾਂਦੀ ਸੀ ਅਤੇ ਜਿਹਦਾ ਅਕਾਲੀ ਭਾਜਪਾ ਹੀ ਉੱਥੇ ਲੜਦਾ ਸੀ, ਅਕਾਲੀ ਦਲ ਦਿਹਾਤੀ 'ਚ ਲੜਦਾ ਸੀ।
ਜਦਕਿ ਦਿਹਾਤੀ ਖੇਤਰ ਵਿੱਚ ਅਕਾਲੀ ਦਲ ਦੇ ਹਿੱਸੇ ਆਉਂਦਾ ਸੀ ਤਾਂ ਉੱਥੇ ਮਜ਼ਬੂਤੀ ਵੀ ਹੈ। ਇਹੋ ਕਾਰਨ ਹੈ ਕਿ ਜਲੰਧਰ ਦੇ ਸ਼ਹਿਰ ਖੇਤਰ ਦੇ ਵਿੱਚ ਅਕਾਲੀ ਦਲ ਦੀ ਪਕੜ ਜ਼ਿਆਦਾ ਮਜ਼ਬੂਤ ਨਹੀਂ ਹੈ, ਜਿਹਦੇ ਕਰਕੇ ਅਕਾਲੀ ਦਲ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ। ਦੂਜੇ ਪਾਸੇ ਜਲੰਧਰ ਦੇ ਵਿੱਚ ਪਵਨ ਟਿੱਲੂ ਦਾ ਵੱਡਾ ਆਧਾਰ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਇਸ ਦਰਮਿਆਨ ਜੇ ਅਕਾਲੀ ਦਲ ਦੇ ਹੋਰ ਵੱਡੇ ਆਗੂ ਪਾਰਟੀ ਛੱਡਦੇ ਨੇ ਤਾਂ ਫਿਰ ਇਹ ਪਾਰਟੀ ਲਈ ਚੋਣਾਂ ਦੌਰਾਨ ਵੱਡਾ ਝਟਕਾ ਹੀ ਹੋਏਗਾ। ਅਤੇ ਹੁਣ ਅਕਾਲੀ ਦਲ ਦੇ ਸਿਰ ਦੇ ਉੱਤੇ ਕਹਿ ਲਈਏ ਤਲਵਾਰ ਲਟਕੀ ਹੈ ਜਾਂ ਫਿਰ ਕਹਿ ਲਈਏ ਕਿ ਉਹਨਾਂ ਵਾਸਤੇ ਹੁਣ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ।